ਪੰਜਾਬ ਦੀ ਫਾਈਨੈਂਸ਼ੀਅਲ ਰੇਟ ਨੂੰ ਇੱਕ ਵਾਰ ਫਿਰ ਤੋਂ ਪਟੜੀ ਤੇ ਚੜਾਉਣ ਲਈ ਪੰਜਾਬ ਸਰਕਾਰ ਵੱਲੋਂ ਇੱਕ ਨਵਾਂ ਹੱਥਕੰਡਾ ਅਪਣਾਇਆ ਗਿਆ। ਪੰਜਾਬ ਸਰਕਾਰ ਦੇ ਖਜ਼ਾਨਾ ਵਿਭਾਗ ਵੱਲੋਂ ਪੰਜਾਬ ਦੇ 4 ਡਿਪਾਰਟਮੈਂਟਾਂ ਨੂੰ ਇੱਕ ਸਰਕੂਲੇਸ਼ਨ ਜਾਰੀ ਕੀਤਾ ਗਿਆ। ਇਸ ਸਰਕੂਲੇਸ਼ਨ ਦੇ ਅਕੋਰਡਿੰਗ ਇਹਨਾਂ 4 ਡਿਪਾਰਟਮੈਂਟ ਕੋਲ ਜਿੰਨਾ ਵੀ ਪੰਜਾਬ ਸਰਕਾਰ ਦਾ ਖਜ਼ਾਨਾ ਪਿਆ, ਯਾਨੀ ਕਿ ਉਹਨਾਂ ਦੇ ਖਾਤਿਆਂ ਦੇ ਵਿੱਚ ਜਿੰਨਾ ਵੀ ਪੈਸਾ ਪਿਆ, ਉਹ ਪੈਸਾ ਵਾਪਸ ਖਜ਼ਾਨਾ ਵਿਭਾਗ ਕੋਲ ਮੋੜਨ ਦੀ ਗੱਲ ਇਸ ਸਰਕੂਲੇਸ਼ਨ ਦੇ ਵਿੱਚ ਕਹੀ ਗਈ ਹੈ। ਇਸ ਸਰਕੂਲੇਸ਼ਨ ਨੂੰ 4 ਡਿਪਾਰਟਮੈਂਟਸ ਕੋਲ ਭੇਜਿਆ ਗਿਆ। ਪਹਿਲਾ ਡਿਪਾਰਟਮੈਂਟ ਐਗਰੀਕਲਚਰ ਡਿਪਾਰਟਮੈਂਟ ਹੈ, ਜਿਸ ਦੇ ਕੋਲ 408 ਕਰੋੜ ਪੰਜਾਬ ਸਰਕਾਰ ਦੇ ਪਏ ਨੇ। ਦੂਸਰਾ ਡਿਪਾਰਟਮੈਂਟ ਹੈ PWD ਡਿਪਾਰਟਮੈਂਟ, ਜਿਸ ਕੋਲ 498 ਕਰੋੜ ਪੰਜਾਬ ਸਰਕਾਰ ਦੇ ਪਏ ਨੇ, ਯਾਨੀ ਕਿ ਉਹਨਾਂ ਦੇ ਖਾਤਿਆਂ ਦੇ ਵਿੱਚ ਇੰਨਾ ਪੈਸਾ ਪਿਆ। ਵਾਟਰ ਸਪਲਾਈ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਦੇ ਕੋਲ 40 ਕਰੋੜ ਰੁਪਏ ਪਿਆ ਪੰਜਾਬ ਸਰਕਾਰ ਦਾ। ਇਰੀਗੇਸ਼ਨ ਡਿਪਾਰਟਮੈਂਟ ਕੋਲ 35 ਕਰੋੜ ਇਸ ਸਮੇਂ ਪਿਆ। ਇਹ ਪੈਸਾ ਦੀ ਜੇਕਰ ਕੁੱਲ ਰਕਮ ਦੀ ਗੱਲ ਕਰੀਏ ਤਾਂ 938 ਕਰੋੜ ਕੁੱਲ ਰਕਮ ਬਣਦੀ ਆ, ਅਤੇ ਇਹ ਰਕਮ ਪੰਜਾਬ ਦੇ ਇਹਨਾਂ 4 ਡਿਪਾਰਟਮੈਂਟਸ ਦੇ ਕੋਲ ਪਈ ਆ, ਜਿਸ ਨੂੰ ਵਰਤਿਆ ਨਹੀਂ ਗਿਆ ਇਹਨਾਂ ਡਿਪਾਰਟਮੈਂਟਸ ਵੱਲੋਂ। ਤੁਹਾਨੂੰ ਦੱਸ ਦਿੰਦੇ ਕਿ ਇਹਨਾਂ ਡਿਪਾਰਟਮੈਂਟਸ ਦੇ ਜੋ ਮੁਲਾਜ਼ਮ ਨੇ ਉਹਨਾਂ ਨੂੰ ਹਾਲੇ ਤੱਕ ਤਨਖਾਹਾਂ ਨਹੀਂ ਮਿਲੀਆਂ। ਇਹਨਾਂ ਤਨਖਾਹਾਂ ਨੂੰ ਰੋਕਣ ਦਾ ਕਾਰਨ ਇਹੀ ਦੱਸਿਆ ਸੀ ਕੱਲ੍ਹ ਮਨਪ੍ਰੀਤ ਸਿੰਘ ਬਾਦਲ ਨੇ ਆਪਣੀ ਬਾਈਟ ਦੇ ਵਿੱਚ ਕਿ ਇਹ ਡਿਪਾਰਟਮੈਂਟ ਆਪਣੇ ਖਾਤਿਆਂ ਦਾ ਵੇਰਵਾ ਨਹੀਂ ਦੇ ਰਹੇ ਸਨ, ਹੁਣ ਵੇਰਵਾ ਦਿੱਤਾ ਤਾਂ ਹੁਣ ਇਹਨਾਂ ਦੀਆਂ ਤਨਖਾਹਾਂ ਵੀ ਜਾਰੀ ਕੀਤੀਆਂ ਜਾਣਗੀਆਂ ਮੁਲਾਜ਼ਮਾਂ ਦੀਆਂ। ਲੇਕਿਨ ਫਿਲਹਾਲ ਦੀ ਅਗਰ ਗੱਲ ਕਰੀਏ ਤਾਂ 938 ਕਰੋੜ ਵਾਪਸ ਪੰਜਾਬ ਸਰਕਾਰ ਦੇ ਖਜ਼ਾਨਾ ਵਿਭਾਗ ਦੇ ਵਿੱਚ ਕਰਨ ਦੀ ਇੱਕ ਗੱਲ ਕਹੀ ਗਈ ਆ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ, ਕਿਉਂਕਿ ਲਗਾਤਾਰ ਸਵਾਲ ਉੱਠਦੇ ਰਹੇ ਨੇ ਪੰਜਾਬ ਦੀ ਵਿੱਤੀ ਮਾੜੀ ਹਾਲਾਤ ਨੂੰ ਲੈ ਕੇ, ਚਰਚਾਵਾਂ ਲਗਾਤਾਰ ਬਣੀਆਂ ਹੋਈਆਂ ਨੇ। ਦੈਨਿਕ ਸਵੇਰਾ ਨੇ ਇਸ ਤੋਂ ਪਹਿਲਾਂ ਇੱਕ ਖਬਰ ਦਿਖਾਈ ਸੀ, ਜਿਸ ਖਬਰ ਦੇ ਵਿੱਚ ਦੱਸਿਆ ਗਿਆ ਸੀ ਕਿ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਚਿੱਠੀ ਲਿਖੀ ਆ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਪੰਜਾਬ ਦੀ ਜੋ ਆਰਥਿਕ ਹਾਲਤ ਹੈ ਉਸ 'ਤੇ ਗੌਰ ਕੀਤਾ ਜਾਵੇ, ਅਤੇ ਪੰਜਾਬ ਦੀ ਆਰਥਿਕ ਹਾਲਤ ਨੂੰ ਕਿਸ ਤਰੀਕੇ ਨਾਲ ਲੀਹ 'ਤੇ ਚੜ੍ਹਾਇਆ ਜਾ ਸਕਦਾ ਹੈ, ਇਸ ਬਾਰੇ ਮੀਟਿੰਗਾਂ ਲਈਆਂ ਜਾਣ। ਇਸ ਤੋਂ ਪਹਿਲਾਂ GST ਨੂੰ ਲੈ ਕੇ ਵੀ ਲਗਾਤਾਰ ਚਰਚਾਵਾਂ ਸਨ ਕਿ ਕੇਂਦਰ ਸਰਕਾਰ ਪੰਜਾਬ ਦੀਆਂ 2 ਕਿਸ਼ਤਾਂ GST ਦੀਆਂ ਨਹੀਂ ਦੇ ਰਿਹਾ, ਯਾਨੀ ਕਿ ਉਹ ਕਿਸ਼ਤਾਂ 4000 ਕਰੋੜ ਬਣਦੀਆਂ ਨੇ, ਉਹ ਕਿਸ਼ਤਾਂ ਵੀ ਪੰਜਾਬ ਸਰਕਾਰ ਕੋਲ ਨਹੀਂ ਆ ਰਹੀਆਂ, ਜਿਹਦੇ ਕਰਕੇ ਪੰਜਾਬ ਵਿੱਤੀ ਸੰਕਟ ਤੋਂ ਗੁਜ਼ਰ ਰਿਹਾ। ਤਾਂ ਇਸ ਤਰੀਕੇ ਦੀਆਂ ਲਗਾਤਾਰ ਖਬਰਾਂ ਆਈਆਂ ਸਨ। ਤਾਂ ਹੁਣ ਪੰਜਾਬ ਦੇ ਮੁਲਾਜ਼ਮਾਂ ਨੂੰ ਜਦੋਂ ਸੈਲਰੀਆਂ ਨਹੀਂ ਆ ਰਹੀਆਂ ਤਾਂ ਪੰਜਾਬ ਦੇ ਮੁਲਾਜ਼ਮ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ, ਅਤੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੇ ਖਾਲੀ ਖਜ਼ਾਨਾ ਮੰਤਰੀ ਦੇ ਪੋਸਟਰ ਵੀ ਲਾਏ ਸਨ, ਯਾਨੀ ਕਿ ਮਨਪ੍ਰੀਤ ਸਿੰਘ ਬਾਦਲ ਦੇ ਪੋਸਟਰ ਵੀ ਲਾਏ ਸਨ, ਅਤੇ ਪ੍ਰੋਟੈਸਟ ਵੀ ਕੀਤਾ ਸੀ ਚੰਡੀਗੜ੍ਹ ਦੇ ਵਿੱਚ। ਤਾਂ ਇਸ ਤਰੀਕੇ ਦੇ ਵਿੱਤੀ ਮਾੜੇ ਹਾਲਾਤ ਜਿਹੜੇ ਪੰਜਾਬ ਦੇ ਬਣੇ ਹੋਏ ਨੇ, ਹੁਣ ਇਹ ਸਰਕੂਲੇਸ਼ਨ ਦੇ ਨਾਲ ਕਿਤੇ ਨਾ ਕਿਤੇ ਇਹਨਾਂ 4 ਡਿਪਾਰਟਮੈਂਟਸ ਦੇ ਵਿੱਚ ਪੈਨਿਕ ਵੀ ਹੋਏਗਾ, ਕਿਉਂਕਿ ਇਹਨਾਂ ਦੇ ਹਜ਼ਾਰਾਂ ਖਾਤੇ ਨੇ ਜਿਨ੍ਹਾਂ ਦੇ ਵਿੱਚ ਇਹ ਪੈਸਾ ਪਿਆ। ਇਹ ਪੈਸਾ ਹੁਣ ਇਹਨਾਂ ਡਿਪਾਰਟਮੈਂਟਾਂ ਵੱਲੋਂ ਦੇਸ਼ ਦੇ ਜੋ ਪੰਜਾਬ ਦੇ ਖਜ਼ਾਨਾ ਵਿਭਾਗ ਕੋਲ ਵਾਪਸ ਮੋੜਿਆ ਜਾਏਗਾ, ਅਤੇ ਇਸੇ ਖਜ਼ਾਨੇ ਦੇ ਨਾਲ ਹੁਣ ਪੰਜਾਬ ਨੂੰ ਦੁਬਾਰਾ ਤੋਂ ਪਟੜੀ 'ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਅਤੇ ਜੋ ਮੁਲਾਜ਼ਮਾਂ ਦੀਆਂ ਤਨਖਾਹਾਂ ਰੁਕੀਆਂ ਹੋਈਆਂ ਨੇ, ਇਸੇ ਖਜ਼ਾਨੇ ਦੇ ਵਿੱਚੋਂ ਤਨਖਾਹਾਂ ਦਿੱਤੀਆਂ ਜਾਣਗੀਆਂ। ਕੈਮਰਾਮੈਨ ਦੀਪਕ ਦੇ ਨਾਲ ਰਵਿੰਦਰ ਸਿੰਘ, ਦੈਨਿਕ ਸਵੇਰਾ TV। ਤੁਹਾਡਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ, ਵੀਜ਼ਾ ਰਿਫਿਊਜ਼ ਹੁੰਦਾ ਕੋਰਸ ਦੀ ਗਲਤ ਚੋਣ ਦੇ ਨਾਲ। ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਸਾਨੂੰ ਇਸ ਨੰਬਰ ਤੇ ਵਟਸਐਪ ਕਰੋ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਣਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।